ਅਸਲਾਮ ਵਾਲੇਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸਾਜਿਦ ਵਿਰਕ, ਤੁਸੀਂ ਵੇਖ ਰਹੇ ਜੀ ਯੂਟਿਊਬ ਚੈਨਲ ਮੇਰਾ ਸਾਹੀਵਾਲ ਟੀਵੀ। ਜਿਵੇਂ ਕਿ ਜਨਾਬ, ਮੈਂ ਵੀਰਾਂ ਵਾਸਤੇ ਹਰ ਰੋਜ਼ ਕੋਸ਼ਿਸ਼ ਕਰਨਾ ਅੱਛੇ ਅਤੇ ਖੂਬਸੂਰਤ ਜਾਨਵਰਾਂ ਦੀ ਵੀਡੀਓ ਲੈ ਕੇ ਹਾਜ਼ਰ ਹਾਂ। ਇਸ ਤਰ੍ਹਾਂ ਜਨਾਬ ਰੋਜ਼ ਦੀ ਨਿਸਬਤ ਅਸੀਂ ਜਨਾਬ ਦੋਸਤਾਂ ਵਾਸਤੇ ਇੱਕ ਰੈੱਡ ਫਰੀਜ਼ੀਅਨ ਜਾਨਵਰ ਦੀ ਵੀਡੀਓ ਲੈ ਕੇ ਹਾਜ਼ਰ ਹੋਈ। ਉਮੀਦ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਵੀ ਪਸੰਦ ਆਏਗੀ। ਇਸ ਤੋਂ ਪਹਿਲਾਂ ਤੁਹਾਨੂੰ ਜਾਨਵਰ ਦੀ ਕਰਾਈ ਤਸੱਲੀ, ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਅਤੇ ਬੈਲ ਆਈਕਾਊਨ 'ਤੇ ਪ੍ਰੈਸ ਕਰਨਾ, ਤਾਂ ਕਿ ਇੱਕ ਅੱਛੀ ਔਰ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮੇਰੇ ਵੀਰਾਂ ਦੋਸਤਾਂ ਤੱਕ ਜਾਏ। ਜਨਾਬ, ਅੱਲਾ ਦੇ ਫਜ਼ਲ ਨਾਲ ਅੱਜ ਜਨਾਬ ਜਿਹੜੀ ਵੀਡੀਓ ਦਾ ਤੁਹਾਡੇ ਵਾਸਤੇ ਇੰਤਖਾਬ ਕੀਤਾ ਹੈ ਰੈੱਡ ਫਰੀਜ਼ੀਅਨ, ਅਤੇ ਪਿੱਛੇ ਜਿਹੜੀ ਉਹਦੀ ਬੱਚੀ ਹੈ ਉਹ ਵੀ ਮਾਸ਼ਾਅੱਲਾ ਲਾਜਵਾਬ, ਇੱਕ ਦੀਆਂ ਦੋ ਨੇ। ਮੇਰਾ ਕੈਮਰਾਮੈਨ ਤਸੱਲੀ ਕਰਾਉਂਦਾ, ਬਾਕੀ ਜਨਾਬ ਡਿਟੇਲ ਜਿਹੜੀ ਮਾਲਕਾਂ ਤੋਂ ਲਵਾਂਗੇ। ਕੈਮਰੇ ਦੀ ਨਜ਼ਰ ਦੇ ਸਾਹਮਣੇ ਜਨਾਬ ਮਾਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਅਨਮੋਲ ਹੀਰਾ ਵੀਰਾਂ ਦੋਸਤਾਂ ਵਾਸਤੇ ਜਿਹੜਾ ਅੱਜ ਅਸੀਂ ਲੈ ਕੇ ਆਏ ਹਾਂ ਮੇਰਾ ਸਾਹੀਵਾਲ ਟੀਵੀ 'ਤੇ। ਹਮੇਸ਼ਾ ਤੁਹਾਡੇ ਵੀਰ ਨੇ ਅੱਛੇ ਅਤੇ ਮਿਆਰੀ ਜਾਨਵਰ ਨੂੰ ਤਰਜੀਹ ਦਿੱਤੀ ਹੈ ਕਿ ਲੈ ਕੇ ਆਈਏ। ਕੱਦ ਬੜਾ ਜਾਨਵਰ ਦਾ ਜਨਾਬ, ਪ੍ਰਿੰਟ ਲਾਜਵਾਬ, ਬੜਾ ਹੀ ਅਟਰੈਕਟਿਵ ਰੰਗ ਜਨਾਬ ਜਿਹੜਾ ਬੈਠਦਾ, ਲਾਂਬੜੀ ਅਤੇ ਜਨਾਬ ਕੱਦ ਬੜਾ। ਕੈਮਰਾਮੈਨ ਸਭ ਤਸੱਲੀ ਕਰਵਾ ਰਹੇ ਨੇ, ਦੂਸਰਾ ਤਾਂ ਭਾਈ ਫਿਰਦਾ ਪਿਆ, ਤੁਸੀਂ ਅੰਦਾਜ਼ਾ ਲਾ ਸਕਦੇ ਜੇ ਕਿ ਜਾਨਵਰ ਦੀ ਜਿਹੜੀ ਹਾਈਟ ਹੈ ਓਰੀਜਨਲ ਉਹ ਕਿੰਨੀ ਹੈ। ਕੋਈ ਜ਼ੂਮ ਨਹੀਂ ਕੀਤਾ ਹੋਇਆ, ਕੋਈ ਕੁਛ ਨਹੀਂ ਗਾ, ਓਰੀਜਨਲ ਜਿਹੜੀ ਹਾਈਟ ਹੈ ਵੀਰਾਂ ਦੋਸਤਾਂ ਨੂੰ ਵਿਖਾਈ ਦੀ ਹੈ। ਅਤੇ ਅੱਲਾ ਦੇ ਫਜ਼ਲ ਨਾਲ ਜਿਹੜੇ ਜਾਨਵਰ ਹੁੰਦੇ ਨੇ ਉਹ ਵੀ ਓਰੀਜਨਲ ਹੁੰਦੇ ਨੇ। ਸਿਰੋ ਜਨਾਬ ਓਰੀਜਨਲ ਮੋਨੀ ਨੇ, ਤੁਰਨ ਫਿਰਨ ਵੀ ਵੀਰਾਂ ਦੋਸਤਾਂ ਨੂੰ ਚੈੱਕ ਕਰਵਾਵਾਂਗੇ। ਰੰਗ ਬੜਾ ਜਨਾਬ, ਮੋਟੀ ਮੋਟੀ ਅੱਖ ਅਤੇ ਚਿੱਪਾ ਚਿੱਪਾ ਕੰਨ, ਮਾਸ਼ਾਅੱਲਾ ਨਿੱਕੀ ਜਿਹੀ ਬੂਥੀ। ਅੱਲਾ ਦੇ ਫਜ਼ਲ ਨਾਲ ਬੜੇ ਆਲਾ ਕੁਆਲਿਟੀ ਦਾ ਇਹ ਪੀਸ ਹੈ, ਹਵਾਨੇ ਦੀ ਵੰਡ ਵੀ। ਵੀਰਾਂ ਦੋਸਤਾਂ ਨੇ ਤਸੱਲੀਆਂ ਕਰਨੀਆਂ, ਲੈਣੇ ਦੇਣੇ ਜਨਾਬ ਨਸੀਬ ਹੋਣਗੇ। ਮਾਸ਼ਾਅੱਲਾ ਖੂਬਸੂਰਤ ਲਾਜਵਾਬ ਹਵਾਨਾ, ਅੱਲਾ ਦੇ ਫਜ਼ਲ ਨਾਲ ਜਿਹੜਾ ਥਣ ਲੱਗਾ ਹੋਇਆ ਉਹ ਪਾਵਰ ਵਾਲਾ ਲੱਗਾ ਹੈ, ਅਤੇ ਵਿਰਲਾ ਜਨਾਬ ਥਣਾਂ ਦੀਆਂ ਉਹ ਵੀ ਪੂਰੀਆਂ ਜਨਾਬ ਮੁੱਠ ਭਰ ਥਣ, ਗਿੱਠ ਗਿੱਠ ਦੀ ਵਿਰਲ ਜਿਹਨੂੰ ਆਖੀ ਦੀ ਜਨਾਬ। ਇਹ ਜਨਾਬ ਮੱਝਾਂ ਵਾਲਾ ਥਣ ਲੱਗਾ ਹੈ, ਤੁਰਨ ਫਿਰਨ ਜਨਾਬ 16 ਨੇ, ਲੰਮਾ ਨਾਲ ਜਾਂਦੀ ਹੈ, ਤੁਰਨ ਫਿਰਨ ਜਨਾਬ 16 ਨੇ। ਤਸੱਲੀ ਤੁਹਾਨੂੰ ਕਰਵਾਉਣੇ ਪਏ ਜਨਾਬ, ਸਾਡਾ ਕੰਮ ਹੈ ਤਸੱਲੀਆਂ ਕਰਾਉਣਾ, ਲੈਣੇ ਦੇਣੇ ਜਨਾਬ ਜਿਹੜੇ ਨਸੀਬ ਹੋਣਗੇ। ਪਿੱਛੇ ਜਨਾਬ ਇਹਨੇ ਬੱਚੀ ਉਹ ਵੀ ਜਨਾਬ ਆਊਟ ਕਲਾਸ ਬਰੀਡ ਵਿੱਚ ਹੈ, ਮਾਸ਼ਾਅੱਲਾ ਤਸੱਲੀ ਕਰਵਾਉਣੇ ਤੁਹਾਨੂੰ। ਇਹ ਵੇਖ ਸਕਦੇ ਜਨਾਬ, ਮਾਸ਼ਾਅੱਲਾ ਬਹੁਤ ਹੀ ਆਲਾ ਕੁਆਲਿਟੀ ਦਾ ਕੋਈ ਬਰੀਡ ਇਹ ਭਾਈ ਨੇ ਕਿਸੇ ਨੇ ਰਖਵਾਇਆ ਸੀ, ਵੇਖ ਸਕਦੇ ਹੋ ਤੁਸੀਂ ਬੜੀ ਕੁਆਲਿਟੀ ਦੇ ਚੱਪਾ ਚੱਪਾ ਕੰਨ ਦਾ, ਮਾਸ਼ਾਅੱਲਾ ਛੋਟਾ ਛੋਟਾ ਬਿਲਕੁਲ, ਤੇ ਜਨਾਬ ਅੱਖੀ ਛੋਟੀ ਕੰਨ ਛੋਟੇ ਮੱਛੀ ਤਗੜੀ ਮੱਛੀ, ਇੱਕ ਦੀਆਂ ਦੋ ਜੱਲਾ ਦੇ ਫਜ਼ਲ ਨਾਲ। ਬਾਕੀ ਜਨਾਬ ਲੈਣੇ ਦੇਣੇ ਨਸੀਬ ਹੋਣਗੇ, ਸਾਡਾ ਕੰਮ ਜਨਾਬ ਵੀਰਾਂ ਨੂੰ ਕਰਾਉਣੇ ਤਸੱਲੀਆਂ। ਜਨਾਬ ਜਿਹੜੇ ਵੀਰ ਸ਼ੌਕ ਕਰਦੇ ਨੇ ਗਾਵਾਂ ਦਾ, ਜਨਾਬ ਉਹ ਅੰਦਾਜ਼ਾ ਉਹਨਾਂ ਨੂੰ ਹੋ ਗਿਆ ਨਾ ਕਿ ਰੈੱਡ ਫਰੀਜ਼ੀਅਨ ਹੀ ਹੈ ਮਾਸ਼ਾਅੱਲਾ, ਅਤੇ ਚੰਗਾ ਅੱਛਾ ਜਾਨਵਰ ਅਤੇ ਮਿਆਰੀ ਜਾਨਵਰ ਹੈ ਇਹ। ਜਨਾਬ ਐਸੇ ਜਾਨਵਰ ਹੁੰਦੇ ਨੇ ਜਿਹੜੀ ਗਰਮੀ ਸਰਦੀ ਵੀ ਨਹੀਂ ਕਰਦੇ, ਅਤੇ ਦੁੱਧ ਦੀ ਪੈਦਾਵਾਰ ਵੀ ਡਾਊਨ ਨਹੀਂ ਕਰਦੇ, ਥੋੜ੍ਹਾ ਖਾ ਕੇ ਜਨਾਬ ਇਹਨਾਂ ਨੇ ਜ਼ਿਆਦਾ ਦੇਣਾ ਹੁੰਦਾ ਹੈ। ਥਣ ਬੜਾ ਲਾਜਵਾਬ ਲੱਗਾ ਹੈ, ਪਾਵਰ ਵਾਲਾ, ਅਤੇ ਜਨਾਬ ਵੇਖ ਸਕਦੇ ਜੀ ਬਿਰਲਾ ਥਾਂ ਦੀਆਂ ਪੂਰੀਆਂ ਹਵਾਨਾ ਜਨਾਬ, ਚੋਂ ਨੁਕਰਾਂ ਤੋਂ ਇੱਕੋ ਜਿਹਾ, ਅੱਗੋਂ ਲੈ ਕੇ ਜਨਾਬ ਪਿੱਛੋਂ ਤੀਕਰ ਇੱਕੋ ਜਿਹਾ ਹਵਾਨਾ, ਵਿਹੜੀ ਲਈ ਫਿਰਦੀ ਜਨਾਬ ਤਾਜ਼ੀ ਸੂਈ ਹੈ, ਜਨਾਬ ਜੇਰ ਦਾ ਪੱਲੂ ਬਾਹਰ ਕੱਢੀ ਫਿਰਦੀ ਹੈ। ਬਾਕੀ ਜਿਹੜੀ ਡਿਟੇਲ ਆਪਾਂ ਲਵਾਂਗੇ ਮਾਲਕ ਤੋਂ, ਕਿੰਨੇ ਦਿਨਾਂ ਦੀ ਸੂਈ ਹੈ, ਸੁਬਹਾ ਕਿਨੂੰ ਹੈ, ਅਤੇ ਜਨਾਬ ਬਾਕੀ ਜਬ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਉਹ ਆਪਾਂ ਕਰਾਂਗੇ ਮਾਲਕਾਂ ਨਾਲ ਸਾਂਝਾ ਸਾਂਝੀਆਂ, ਤਸੱਲੀਆਂ ਮੇਰੇ ਵੀਰਾਂ ਦੋਸਤਾਂ ਨੂੰ ਕਰ ਲੈਣੀਆਂ। ਅੱਛਾ ਜੀ, ਅਸਲਾਮ ਵਾਲੇਕਮ। ਵਾਲੇਕਮ ਸਲਾਮ ਜੀ। ਭਾਈ ਜਾਨ ਕੀ ਹਾਲ ਨੇ? ਠੀਕ ਠਾਕ ਜੀ, ਸਭ ਖਰੀਦ ਜੀ, ਸਭ ਖਰੀਦ ਜੀ। ਅੱਛਾ ਭਾਈ ਜਾਨ, ਜਿਹੜਾ ਆਪਾਂ ਜਾਨਵਰ ਖਾਇਆ, ਹਾਂਜੀ, ਸਭ ਤੋਂ ਪਹਿਲਾਂ ਤੁਸੀਂ ਇਹ ਦੱਸਣਾ ਵੀ ਇਹਨੇ ਸੁਬਹਾ ਕਿੰਨਾ ਡਿਲੀਵਰ ਕੀਤਾ? ਦੂਸਰਾ ਸੁਬਹਾ, ਦੂਸਰਾ ਸੁਬਹਾ ਜੈਨਮਨ, ਜੈਨਮਨ ਕਿੰਨੇ ਦੇਰ ਦੀ ਸੂਈ ਹੈ? ਰੋਜ਼ਾਨਾ ਕਿ ਟਾਈਮ ਸੂਈ ਹੈ, ਹੁਣ 9 ਦਾ ਟਾਈਮ ਹੋ ਗਿਆ। ਠੀਕ ਹੋ ਗਿਆ, ਜੇਰ ਪਈ ਥੋੜੀ ਬਹੁਤ, ਜੇਰ ਪਈ ਹੈ, ਥੋੜਾ ਜਿਹਾ ਦੁੱਧ ਚੋ ਦਿੱਤਾ ਸੀ 4-5 ਕਿਲੋ। ਅੱਛਾ ਅੱਛਾ, ਜਾਏ ਵੀ ਉਹਨਾਂ ਕੋਲ ਬੈਠਣ ਨਹੀਂ ਜਾਂਦਾ, ਤੇ ਜੇਰ ਪਈ ਕੋਈ ਨਹੀਂ, ਹਲੇ ਥੋੜੀ ਖਲੋਤੀ, ਥੋੜੀ ਖਲੋਤੀ। ਠੀਕ ਹੋ ਗਿਆ ਜੀ, ਦੁੱਧ ਚੁਆਈ ਕੀਤੀ ਆਪਾਂ, ਹਾਂ ਚੁਆਈ। ਕਿੰਨਾ ਕੁ ਦੁੱਧ ਕੱਢਿਆ? ਦੁੱਧ ਆਪਾਂ 5 ਲੀਟਰ ਹੋਣਾ।
ਡਿਮਾਂਡ ਕੀਤੀ ਕੋਈ ਵੀ ਵੀਰ ਦੋ ਸਾਡਾ ਜਾਨਵਰ ਖਰੀਦਣਾ ਚਾਹੁੰਦਾ ਸਾਡਾ ਵਟਸਐਪ ਤੇ ਰਾਬਤਾ ਨੰਬਰ ਨੋਟ ਕਰੋ 0322-7087-633 ਫਿਰ ਨੋਟ ਕਰੋ 0322-7087-633 ਇਹ ਜਿਹੜਾ ਸਾਡਾ ਰਾਬਤਾ ਨੰਬਰ ਹੈ ਇਹ ਸਾਡਾ ਵਟਸਐਪ ਨੰਬਰ ਹੈ।